ਬਾਇਓਗੈਸ ਪਲਾਂਟ ਨੂੰ ਬੰਦ ਕਰਵਾਉਣ ਦੇ ਲਈ ਪਿਛਲੇ ਡੇਢ ਮਹੀਨੇ ਤੋਂ ਧਰਨੇ ਤੇ ਬੈਠੇ ਪਿੰਡ ਅਖਾੜਾ ਵਾਸੀਆਂ ਨੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਘਰ ਦਾ ਘਿਰਾਓ ਕੀਤਾ ਹੈ। ਵੱਡੀ ਗਿਣਤੀ ਵਿਚ ਇਕੱਠੇ ਹੋਏ ਮਰਦ ਅਤੇ ਔਰਤਾਂ ਨੇ ਹਲਕਾ ਵਿਧਾਇਕ ਬੀਬੀ ਮਾਣੂਕੇ ਨਾਲ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਅੱਤ ਦੀ ਗਰਮੀ ਵਿਚ ਪਿਛਲੇ ਡੇਢ ਮਹੀਨੇ ਤੋਂ ਬਾਇਓਗੈਸ ਪਲਾਂਟ ਅੱਗੇ ਦਿਨ ਰਾਤ ਧਰਨੇ ਤੇ ਬੈਠੇ ਹਨ, ਪਰੰਤੂ ਹਲਕਾ ਵਿਧਾਇਕ ਨੇ ਉਹਨਾਂ ਦੀ ਸਾਰ ਨਹੀਂ ਲਈ। ਉਹਨਾਂ ਦਾ ਇਹ ਵੀ ਗਿਲਾ ਹੈ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਪਿੰਡ ਅਖਾੜਾ ਵਾਸੀਆਂ ਨੇ ਬੀਬੀ ਮਾਣੂਕੇ ਨੂੰ ਵੱਡੀ ਲੀਡ ਨਾਲ ਜਿਤਾਇਆ ਸੀ, ਪਰੰਤੂ ਇਹਨਾਂ ਨੇ ਗੈਸ ਪਲਾਂਟ ਨੂੰ ਲੈ ਕੇ ਅਖਾੜਾ ਵਾਸੀਆਂ ਦੀ ਕੋਈ ਵੀ ਮਦਦ ਨਹੀਂ ਕੀਤੀ। ਇਸ ਮੌਕੇ ਬੀਬੀ ਮਾਣੂਕੇ ਨੇ ਮੰਗ ਪੱਤਰ ਪ੍ਰਾਪਤ ਕਰ ਲਿਆ ਅਤੇ ਕਿਹਾ ਕਿ ਉਹ ਇਸ ਮਸਲੇ ਦਾ ਜਲਦੀ ਹੱਲ ਕਰਵਾਉਣਗੇ। ਇਸ ਮੌਕੇ ਤੇ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦਾ ਇਹ ਮਸਲਾ ਹੱਲ ਨਹੀਂ ਹੁੰਦਾ ਤਦ ਤੱਕ ਉਹਨਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਅੱਜ ਪਿੰਡ ਅਖਾੜਾ ਸਾਡੇ ਜਗਰਾਓਂ ਬਲਾਕ ਦਾ ਵੱਡਾ ਪਿੰਡ, ਜਿੱਥੇ 1 ਜੂਨ ਨੂੰ ਵੋਟਾਂ ਦਾ ਬਾਈਕਾਟ ਵੀ ਹੋਇਆ ਸੀ, 11 ਜੂਨ ਨੂੰ ਹਰੇਕ ਘਰ ਦੇ ਵਿੱਚੋਂ 2-2, 4-4 ਜੀ ਆ ਜਿਹੜੇ ਉਹ ਲੁਧਿਆਣੇ DC ਦਫ਼ਤਰ ਦੇ ਮੂਹਰੇ ਪਹੁੰਚੇ ਸੀ। ਅੱਜ ਉਸ ਪਿੰਡ ਦੀ ਵਿਊ ਦੇ ਵਿੱਚ ਜਿਹੜੀ ਪ੍ਰਦੂਸ਼ਿਤ ਗੈਸ ਫੈਕਟਰੀ ਲੱਗ ਰਹੀ ਹੈ, ਜਿਹਨੂੰ ਪਿੰਡ ਦੇ ਲੋਕਾਂ ਨੇ ਕੈਂਸਰ ਫੈਕਟਰੀ ਦਾ ਨਾਂ ਦਿੱਤਾ ਹੈ, ਉਹਨੂੰ ਪੱਕੇ ਤੌਰ 'ਤੇ ਬੰਦ ਕਰਾਉਣ ਦੇ ਲਈ ਅੱਜ ਸੈਂਕੜਿਆਂ ਦੀ ਗਿਣਤੀ 'ਚ ਸਾਡੀਆਂ ਮਾਵਾਂ ਭੈਣਾਂ, ਛੋਟੇ ਵੱਡੇ ਵੀਰ ਇੱਥੇ ਪਹੁੰਚੇ ਹੈ। ਸਾਡੇ ਇਲਾਕੇ ਦੀ MLA ਸਰਬਜੀਤ ਕੌਰ ਮਾਣੂਕੇ ਦੇ ਘਰ ਦਾ ਘਿਰਾਓ ਕਰਨ, ਅਸੀਂ ਉਹਦਾ ਘਿਰਾਓ ਕੀਤਾ ਔਰ ਘਿਰਾਓ ਕਰਕੇ ਆਪਣਾ ਮੰਗ ਪੱਤਰ ਦਿੱਤਾ ਮੁੱਖ ਮੰਤਰੀ ਦੇ ਨਾਂ 'ਤੇ, ਔਰ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਕੱਲਾ ਅਖਾੜਾ ਪਿੰਡ ਦਾ ਨਹੀਂ ਸਗੋਂ ਭੂੰਦੜੀ, ਮੁਸ਼ਕਾਬਾਦ ਅਤੇ ਇਹਦੇ ਨਾਲ ਹੀ ਘੁੰਗਰਾਲੀ, ਰਾਜਪੂਤਾਂ, ਇਹਨਾਂ ਸਾਰੇ ਪਿੰਡਾਂ 'ਚ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਬਾਇਓਗੈਸ ਫੈਕਟਰੀਆਂ, ਇਹ ਪੱਕੇ ਤੌਰ 'ਤੇ ਬੰਦ ਕੀਤੀਆਂ ਜਾਣ, ਨਹੀਂ ਤਾਂ 19 ਦੇਰ ਤੱਕ ਜਿਹੜਾ ਸੰਘਰਸ਼ ਹੈ ਉਹ ਚੱਲਦਾ ਰਹੂਗਾ। ਅੱਜ ਲਗਭਗ 50-52 ਦਿਨ ਹੋ ਗਏ ਜਿਹੜਾ ਅਖਾੜੇ ਪਿੰਡ ਦੇ ਵਿੱਚ, ਜਿਹੜਾ ਉੱਥੋਂ ਦਾ ਪੂਰਾ ਪਿੰਡ ਇੱਕੋ ਨੱਕੇ 'ਚੋਂ ਲੰਘ ਕੇ ਇਕਜੁੱਟ ਹੋ ਕੇ ਜਿਹੜਾ ਸੰਘਰਸ਼ ਕਰ ਰਿਹਾ, ਦਿਨ ਰਾਤ ਦੇ ਧਰਨੇ 'ਤੇ ਬੈਠਾ। ਇਹ ਤਪਦੀ ਗਰਮੀ ਦੇ ਵਿੱਚ ਅੱਜ ਵੀ ਸਾਡੀਆਂ ਮਾਵਾਂ ਭੈਣਾਂ ਨੇ ਆ ਕੇ ਆਪਣੇ MLA ਦਾ ਘਰ ਇਸ ਕਰਕੇ ਘੇਰਿਆ ਕਿ ਸਰਕਾਰ ਬਣਾਈ ਸੀ ਕਿ ਤੁਸੀਂ ਸਾਡੀ ਗੱਲ ਸੁਣੋਗੇ, ਪਰ ਅਸੀਂ ਆਪਣੀ ਗੱਲ ਸੁਣਾਉਣ ਤੁਹਾਡੇ ਕੋਲ ਆਏ ਹਾਂ ਔਰ ਤੁਹਾਡੇ ਤੋਂ ਮੰਗ ਕਰਨ ਆਏ ਹਾਂ ਕਿ ਜੇ ਤੁਸੀਂ ਇਹ ਫੈਕਟਰੀ ਬੰਦ ਨਾ ਕਰਾਏ ਤਾਂ ਸਾਡੀ ਤਾਲਮੇਲ ਕਮੇਟੀ ਦੀ ਅਗਵਾਈ 'ਚ ਅਸੀਂ ਇੱਦੋਂ ਵੀ ਤਿੱਖਾ ਐਕਸ਼ਨ ਕਰਾਂਗੇ, ਜਿਹਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਹੋਈ। ਅੱਜ ਸਮੂਹ ਨਗਰ ਅਖਾੜਾ ਅਤੇ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਸਕੱਤਰ ਅਤੇ ਲੋਕ ਇਨਕਲਾਬੀ ਲਹਿਰ ਦੇ ਆਗੂ ਕਮਲਜੀਤ ਖੰਨਾ ਜੀ, ਉਹਨਾਂ ਸਾਰਿਆਂ ਦੇ ਸਾਂਝੇ ਸਹਿਯੋਗ ਨਾਲ ਜੋ MLA ਬੀਬੀ ਸਰਬਜੀਤ ਕੌਰ ਮਾਣੂਕੇ ਦੇ ਘਰ ਦਾ ਘਿਰਾਓ ਕੀਤਾ ਗਿਆ ਅਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਜਲਦੀ ਤੋਂ ਜਲਦੀ ਸਾਡੀ CM ਸਾਹਿਬ ਨਾਲ ਜੋ ਕਿ ਬਾਇਓਗੈਸ ਪਲਾਂਟ ਫੈਕਟਰੀਆਂ ਲੱਗ ਰਹੀਆਂ, ਕੈਂਸਰ ਫੈਕਟਰੀਆਂ ਲੱਗ ਰਹੀਆਂ, ਉਹਨਾਂ ਨੂੰ ਬੰਦ ਕਰਾਉਣ ਦੇ ਸੰਬੰਧ ਵਿੱਚ ਮੀਟਿੰਗ ਕਰਵਾਈ ਜਾਵੇ। ਅਤੇ ਬੀਬੀ ਸਰਬਜੀਤ ਕੌਰ ਨੇ ਸਾਨੂੰ ਪੂਰਨ ਤੌਰ 'ਤੇ ਭਰੋਸਾ ਦਵਾਇਆ ਕਿ ਮੈਂ ਗੱਲ ਕਰਕੇ ਉਹਨਾਂ ਨਾਲ ਥੋੜ੍ਹੇ ਦਿਨਾਂ ਵਿੱਚ ਤੁਹਾਡੀ ਮੀਟਿੰਗ ਕਰਵਾਉਂਗੀ। ਇਸ 'ਤੇ ਸਹਿਮਤੀ ਹੋਣ ਤੋਂ ਬਾਅਦ ਧਰਨਾ ਚੱਕਿਆ ਗਿਆ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।